ਤੁਹਾਨੂੰ ਟ੍ਰੈਫਿਕ ਦੱਸਣੇ ਆ ਇਹ ਬ੍ਰਿਜ ਉੱਪਰੋਂ। ਉਹ ਭਾਈ ਸਪਾਟਾ ਖਲੋਤੇ ਆ ਲੱਗੇ ਆ ਟ੍ਰੈਫਿਕ ਨੂੰ ਕੰਟਰੋਲ ਕਰਨ, ਕਦੀ ਸੱਜਾ ਕਦੀ ਖੱਬਾ, ਹਾਲਾਂਕਿ ਸਿਗਨਲ ਵੀ ਲੱਗੇ ਆ, ਸਿਗਨਲ ਵੀ ਲੱਗੇ ਆ ਪਰ ਲੇਕਿਨ ਫਿਰ ਵੀ ਉਹ ਕੰਟਰੋਲ ਕਰ ਰਹੇ। ਦੇਖ ਲਓ ਇਹ ਬੰਦੇ ਆ ਜਾ ਰਹੇ ਨੇ। ਇਹ ਕੋਈ ਬੜਾ ਵੱਡਾ ਸਿਸਟਮ ਹੈ ਜੀ ਜਨਾਬ, ਥੱਲੇ ਉਹ ਬ੍ਰਿਜ ਦਾ ਥੱਲੇ ਤੋਂ ਘੁੰਮ ਪੈ ਮੇਲਾ ਸਿਟੀ ਰੇਲਵੇ ਸਟੇਸ਼ਨ ਨੂੰ ਥੱਲੇ ਆਪਣੇ ਦੁਕਾਨਾਂ ਦੁਕਾਨਾਂ ਬੰਦੇ ਬੰਦੇ ਜਾ ਰਹੇ ਨੇ। ਸਹੀ ਹੈ ਇਹ ਥੱਲੇ ਆ ਰਹੇ ਹਾਂ ਅਸੀਂ। ਔਰ ਚੰਗਾ ਸ਼ਹਿਰ ਹੈ ਜੀ ਮਨੇਲਾ, ਤੁਸੀਂ ਕਹਿ ਸਕਦੇ ਹੋ ਸੈਨੇਟਰ ਦੇ ਪਾਸ, ਪਰ ਟ੍ਰੈਫਿਕ ਬੜੀ ਹੈ ਤਾਂ ਬਿਲਡਿੰਗਾਂ ਵੀ ਬੜੀਆਂ ਬੜੀਆਂ ਬੜੀਆਂ, ਕੋਈ 30 ਮੰਜ਼ਿਲ ਹੈ, ਕੋਈ 40 ਮੰਜ਼ਿਲ ਹੈ, ਕੋਈ 50 ਮੰਜ਼ਿਲ, ਮੰਜ਼ਿਲਾਂ ਗਿਣਨ ਹੀ ਨਹੀਂ ਹੋਣੀਆਂ, ਇਤਨਾ ਕੀ ਰਸ਼ੀ ਸ਼ਹਿਰ ਹੈ। ਹੁਣ ਥੱਲੇ ਆਏ ਹਾਂ ਬ੍ਰਿਜ ਤੋਂ ਤਾਂ ਮੈਂ ਥੱਲੇ ਦੱਸੀਏ ਸਪਾਟਾ ਭਾਈ ਕੇ ਕਾਰ ਨਹੀਂ, ਸਪਾਟਾ ਨਹੀਂ ਹੈ ਉੱਪਰੋਂ, ਮੈਂ ਇੱਕ ਤੱਕਿਆ ਇਹ ਤਾਂ ਥੱਲੇ ਤਾਂ ਦੋ ਨੇ, ਦੋ ਹੀ ਸਾਈਡ ਦੇ ਨੇ, ਦੋ ਉਹ ਪਰਲੀ ਸਾਈਡ ਦੇ ਜਿੱਦਾਂ ਉਹ ਬੋਰਡ ਲੱਗੇ ਆ ਬਿਲ ਬੋਰਡ। ਠੀਕ ਆ ਜੀ, ਹਰ ਪਾਸੇ ਦੇਖ ਲਓ ਟ੍ਰੈਫਿਕ ਕਿਸ ਤਰ੍ਹਾਂ ਜਾਮ ਨਹੀਂ ਹੋਏ ਆ, ਕੰਮ ਬੰਦੇ ਹੀ ਬੰਦੇ ਖਲੋਤੇ ਨੇ, ਕੋਈ ਪੈਦਲ ਪਾਰ ਹੋਣੇ ਵਾਲਾ ਹੈ, ਕੋਈ ਸਕੂਟਰੀਆਂ ਵਾਲੇ ਨਹੀਂ। ਠੀਕ ਹੈ ਜੀ, ਜਨਾਬ ਆਲ ਇਜ਼ ਵੈਲ ਜੀ। ਪਤਾ ਨਹੀਂ ਕਿਹੜੀ ਜਗ੍ਹਾ ਤੋਂ ਆ ਗਏ, ਹਾਂ ਡੰਕਿਨ ਡੋਨਟ ਹੈ ਜੀ, ਡੰਕਿਨ ਡੋਨਟ ਕਾਫੀ ਡੰਕਿਨ ਡੋਨਟ ਮਾਨ ਵਾਲੇ